ਮੋਹਾਲੀ ਦੇ ਸੈਕਟਰ 82 ਦੇ ਰੇਲਵੇ ਟਰੈਕ ਦੇ ਕੋਲ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਨੇ ਤਾਂ ਇਸ ਤੋਂ ਬਾਅਦ ਸਟੇਸ਼ਨ ਮਾਸਟਰ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਇਲਾਕੇ ਦੇ ਵਿੱਚ ਇਸ ਘਟਨਾ ਦੇ ਨਾਲ ਸਨਸਨੀ ਫੈਲ ਗਈ ਹੈ। ਦੋਵੇਂ ਲਾਸ਼ਾਂ ਦੀ ਅਜੇ ਤੱਕ ਸ਼ਨਾਖਤ ਨਹੀਂ ਹੋਈ ਹੈ, ਲੇਕਿਨ ਦੋਵਾਂ ਦੀ ਉਮਰ 25 ਤੋਂ 30 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਤੇ GRP ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਦੋਵਾਂ ਨੌਜਵਾਨਾਂ ਦਾ ਕਤਲ ਕਰਕੇ ਰੇਲਵੇ ਟਰੈਕ ਤੇ ਸੁੱਟਿਆ ਗਿਆ ਹੋ ਸਕਦਾ ਹੈ, ਕਿਉਂਕਿ ਦੋਵਾਂ ਦਾ ਖੂਨ ਸੜਕ ਦੇ ਉੱਪਰ ਵੀ ਮਿਲਿਆ ਹੈ ਤੇ ਪੁਲਿਸ ਵੱਲੋਂ ਮੌਕੇ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਫੋਰੈਂਸਿਕ ਟੀਮ ਵੱਲੋਂ ਵੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸਾਨੂੰ ਸਵੇਰੇ 2:30 ਵਜੇ ਮੀਮੋ ਮਿਲੀ ਹੈ ਸਟੇਸ਼ਨ ਮਾਸਟਰ ਤੋਂ ਕਿ ਦੋ ਡੈੱਡ ਬੋਡੀਜ਼ ਪਈਆਂ ਇੱਥੇ, ਤੇ ਅਸੀਂ ਫਿਰ ਆ ਕੇ ਆਪਣਾ ਦੇਖਿਆ ਤੇ ਉਹ ਦੋ ਡੈੱਡ ਬੋਡੀਜ਼ ਪਈਆਂ, ਦੋ ਮੇਲ ਨੇ, 20-25 ਸਾਲ ਦੀ ਉਮਰ ਹੈ ਲੜਕਿਆਂ ਦੀ ਤੇ ਅਨਨੋਨ ਨੇ, ਹਜੇ ਅਸੀਂ ਸ਼ਨਾਖਤ ਨਹੀਂ ਹੋਈ ਉਹਨਾਂ ਦੀ ਤੇ ਸ਼ਨਾਖਤ ਕਰ ਰਹੇ ਹਾਂ ਅਸੀਂ। ਸਰ ਟਰੈਕ ਤੇ ਹਾਦਸਾ ਲੱਗ ਰਿਹਾ ਤੁਹਾਨੂੰ ਜਾਂ ਕਤਲ ਦੀ ਕੋਈ ਸੰਭਾਵਨਾ ਹੈਗੀ ਇਹਦੇ ਵਿੱਚ? ਨਹੀਂ, ਇਸ 'ਚ ਥੋੜ੍ਹੀ ਜਿਹੀ ਹੈ ਕਤਲ ਦੀ ਲੱਗਦੀ ਹੈ, ਕਿਉਂਕਿ ਸ਼ਾਇਦ ਲੱਗਦਾ ਵੀ ਇੱਥੋਂ ਲਿਆ ਕੇ ਉੱਪਰ ਲਿਆ ਕੇ ਮਾਰੇ ਹੋਣ, ਉਹ ਮਾਰ ਕੇ ਉੱਪਰ ਸੁੱਟੇ ਹੋਣ, ਏਦਾਂ ਲੱਗਦਾ ਵੀ ਸ਼ਾਇਦ ਉੱਪਰ ਲਿਆ ਕਿਤੋਂ ਹੋਰ ਮਾਰ ਕੇ ਉੱਪਰ ਲਾਸ਼ ਖੁਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੜਕ ਤੇ ਵੀ ਕਿਹੜਾ ਖੂਨ ਡੁੱਲਿਆ ਹੋਇਆ? ਇਸੇ ਕਰਕੇ ਲੱਗਦਾ ਵੀ ਕਿਤੇ ਇੰਸੀਡੈਂਟ ਕਿਤੇ ਹੋਰ ਹੋਇਆ ਤੇ ਇਹਨਾਂ ਨੇ ਲਾਸ਼ ਪਾਉਣ ਲਈ ਰੇਲਵੇ ਟਰੈਕ ਦੀ ਮਦਦ ਲਈ ਹੈ। ਲੱਗਦਾ ਗਰਦਨ ਦੇ, ਬਾਕੀ ਅਸੀਂ ਪੋਸਟਮਾਰਟਮ ਕਰਾ ਰਹੇ ਹਾਂ, ਲੱਗਦਾ ਵੀ ਗਰਦਨ ਤੇ ਥੋੜਾ ਜਿਹਾ ਵੀ ਕੁਛ ਹੈਗੇ ਨੇ, ਵੀ ਉਹ ਜਿਹੜੇ ਟ੍ਰੇਨ ਦੇ ਸਾਨੂੰ ਨਹੀਂ ਲੱਗ ਰਹੇ, ਪਹਿਲੀ ਵਾਰੀ ਦੇਖਣ ਲਈ ਟ੍ਰੇਨ ਦੇ ਨਹੀਂ ਲੱਗ ਰਹੇ ਉਹ। ਨਹੀਂ, ਮੋਬਾਈਲ ਦਾ ਕਵਰ ਮਿਲਿਆ, ਮੋਬਾਈਲ ਨਹੀਂ ਹੈਗਾ, ਮੋਬਾਈਲ ਦਾ ਕਵਰ ਹੈ ਇਕੱਲਾ ਹੀ ਤੇ ਮੋਬਾਈਲ ਜਿਹੜਾ ਮਦਰ ਬੋਰਡ ਵਗੈਰਾ ਉਹ ਨਹੀਂ ਡਿਸਟਰੋਏ ਕੀਤਾ। ਹਾਂ, ਬਾਂਹ ਤੇ ਇੱਕ ਮਹਾਕਾਲ ਦਾ ਟੈਟੂ ਲੱਗਿਆ ਹੋਇਆ ਇੱਕ ਲੜਕੇ ਦੇ ਤੇ ਇੱਕ ਦੇ AK AJ ਕੁਛ ਇਹੋ ਜਿਹਾ ਮੈਂ ਹੁਣੇ ਦੇਖਿਆ ਸੀਗਾ ਉਹ ਲਿਖਿਆ ਹੋਇਆ ਐਮ ਹਾਂ ਕੀ ਸਰ ਕੀ ਲਿਖਿਆ ਜੀ MA ਲਿਖਿਆ ਹੋਇਆ ਉਹ ਬਾਂਹ ਤੇ, ਬਾਕੀ ਉਹ ਤੁਹਾਨੂੰ ਦਿਖਾ ਦਿੰਦੇ ਹਾਂ ਤੇ ਦੇਖਣ ਚ ਪ੍ਰਵਾਸੀ ਲੱਗ ਰਹੇ ਨੇ, ਪਹਿਲੀ ਨਜ਼ਰ ਪ੍ਰਵਾਸੀ ਲੱਗ ਰਹੇ ਨੇ, ਬਾਕੀ ਹੁਣ ਸ਼ਨਾਖਤ ਹੋਣ ਤੇ ਦੇਖਦੇ ਹਾਂ ਕਿਵੇਂ ਹੈਗਾ। ਬਾਕੀ ਬੜੀ ਸ਼ੁਰੂਆਤ ਹੈ, ਇਨਵੈਸਟੀਗੇਸ਼ਨ ਕਰ ਰਹੇ ਹਾਂ। ਜਗਬਾਣੀ TV ਲਈ ਕੁਲਦੀਪ ਕੁਮਾਰ ਦੀ ਰਿਪੋਰਟ।